ਉਸ ਸਰਦਾਰੇ ਦਰਬਾਰੇ ਵੱਲ ਇਸ਼ਾਰਾ ਮੋੜਿਆ, ਤੂੰ ਐਂ ਦਿਲਦਾਰ ਮਾਰ ਇਹਨੂੰ ਵੀ ਹੱਥ ਕੜੀ। ਉਸ ਸਬ ਇੰਸਪੈਕਟਰ ਵੱਲ ਉਂਗਲੀ ਘੁਮਾਈ, ਥਾਣੇਦਾਰ ਨੇ ਅੱਗੇ ਵੱਧ ਕੇ ਜਰਨੈਲ ਨੂੰ ਵੀ ਗ੍ਰਿਫਤਾਰ ਕਰ ਲਿਆ। ਦੇਖਣ ਵਾਲਿਆਂ ਅਜਿਹਾ ਹਾਦਸਾ ਕਦੇ ਨਹੀਂ ਡਿੱਟਾ ਸੀ। ਉਹ ਹੈਰਾਨੀ ਤੇ ਹੈਰਾਨ ਵਿੱਚ ਗਵਾਚੇ ਹੋਏ ਸਨ। ਸਰਦਾਰੇ ਨੇ ਜਾਣ ਲਿਆ ਸਾਰੀ ਸਾਜ਼ਿਸ਼ ਨੰਗੀ ਹੋ ਗਈ, ਅਸਲੋਂ ਹੀ ਭੱਠਾ ਬਹਿ ਗਿਆ, ਹੁਣ ਸਜ਼ਾ ਵੱਟ 'ਤੇ ਪਈ ਹੈ। ਦਰਬਾਰਾ ਮੂੰਹ ਪਾੜ ਕੇ ਆਖਣਾ ਚਾਹੁੰਦਾ ਸੀ, ਸ਼ਾਬਾਸ਼, ਮੈਂ ਅਸਲੋਂ ਬੇਗੁਨਾਹ ਹਾਂ, ਇਸ ਮੂੰਜੀ ਨੇ ਮੇਰੀ ਪੇਸ਼ ਨਹੀਂ ਜਾਣ ਦਿੱਤੀ, ਪਰ ਲੋਕਾਂ ਚਾਰੀ ਵਿੱਚ ਖਲੋਤੇ ਭਰਾ ਨੂੰ ਕਿਵੇਂ ਦੋਸ਼ੀ ਆਖਦਾ। ਉਸ ਦੀ ਜੀਭ ਨੇ ਤਾਲੂਆ ਫੜ ਲਿਆ। ਚਾਚਾ, ਮੇਰਾ ਕੀ ਗੁਨਾਹ ਸੀ? ਗਰਬੀਰ ਜੇਰਾ ਕਰਕੇ ਸਰਦਾਰੇ ਅੱਗੇ ਆ ਖਲੋਤਾ, ਮੈਂ ਤਾਂ ਜਾਇਦਾਦ ਤੁਹਾਡੇ ਤੋਂ ਮੰਗੀ ਹੀ ਨਹੀਂ ਸੀ, ਤੁਸੀਂ ਸਾਰੀ ਰੱਖ ਲੈਂਦੇ, ਪਰ ਆ ਕੀ ਮਿੱਟੀ ਹੋਇਆ ਸਰਦਾਰਾ ਗਰਬੀਰ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ। ਨਿਰਦੋਸ਼ ਗਰਬੀਰ ਨਾਲ ਇੱਕ ਪਲ ਲਈ ਸਭ ਨੂੰ ਹਮਦਰਦੀ ਜਾਗ ਪਈ। ਉਹ ਸਕਤੇ ਵਿੱਚ ਆਏ ਬੈਟ ਬੈਟ ਝਾਕੀ ਜਾ ਰਹੇ ਸਨ। ਗਰਬੀਰ ਦੀ ਚਾਚੀ ਨੇ ਹੌਂਕਾ ਭਰਦਿਆਂ ਵਾਹਿਗੁਰੂ ਆਖਿਆ, ਮਹਾਰਾਜ, ਜਿਹਨੂੰ ਤੂੰ ਰੱਖੇ ਉਹਨੂੰ ਕੌਣ ਮਾਰ ਸਕਦਾ ਏ? ਮਾਸਟਰ ਜੀ, ਤੁਹਾਡੇ ਕੋਲੋਂ ਇੰਨੀ ਆਸ ਨਹੀਂ ਸੀ, ਕੁਲਵਿੰਦਰ ਜਰਨੈਲ ਨੂੰ ਕਹਿ ਰਿਹਾ ਸੀ, ਪਰ ਮਨੁੱਖ ਜਦੋਂ ਨਿਗਰਨ 'ਤੇ ਆਉਂਦਾ ਹੈ ਅਣਹੋਈਆਂ ਕਰ ਗੁਜ਼ਰਦਾ ਏ। ਜਰਨੈਲ ਨੇ ਕੁਲਵਿੰਦਰ ਵੱਲੋਂ ਮੂੰਹ ਫੇਰ ਲਿਆ, ਉਹਦਾ ਮਨ ਇਹਨਾਂ ਛਾਂਟਿਆਂ ਤੋਂ ਕਿਵੇਂ ਨਾ ਕਿਵੇਂ ਬਚਣਾ ਚਾਹੁੰਦਾ ਸੀ। ਉਹ ਆਪੇ ਨੂੰ ਸਭ ਤੋਂ ਵੱਡਾ ਗੁਨਾਹੀ ਸਮਝਦਾ ਸੀ। ਉਹਦਾ ਦਿਲ ਚਾਹੁੰਦਾ ਸੀ ਧਰਤੀ ਵੇਲ ਦੇ ਦੇਵੇ ਤਾਂ ਵਿੱਚ ਸਮਾ ਜਾਵਾਂ। ਗਰਬੀਰ ਦੀ ਚਾਚੀ ਬੰਦਿਆਂ ਨੂੰ ਚੀਰ ਕੇ ਮੁੰਡੇ ਦੇ ਸਾਹਮਣੇ ਆ ਖਲੋਤੀ। ਉਸ ਦੀਆਂ ਅੱਖਾਂ ਪਾਣੀ ਨਾਲ ਨੱਕੋ ਨੱਕ ਭਰੀਆਂ ਹੋਈਆਂ ਸਨ। ਗਰਬੀਰ ਉਹਦੀ ਅੱਥਰੀ ਹਾਲਤ ਵੇਖ ਕੇ ਸਹਿਣ ਨਾ ਕਰ ਸਕਿਆ, ਉਹਦੇ ਪੈਰਾਂ ਨੂੰ ਝੁਕ ਗਿਆ। ਚਾਚੀ ਦਾ ਹੱਥ ਮੁੰਡੇ ਦੇ ਮੋਢਿਆਂ ਉੱਤੇ ਕੰਬ ਰਿਹਾ ਸੀ। ਮਨੁੱਖੀ ਦਰਦ ਨਾਲ ਉਛਲਿਆ ਨਜ਼ਾਰਾ ਸਾਰਿਆਂ ਨਾਲ SP ਨੂੰ ਵੀ ਹੈਰਾਨ ਕਰ ਗਿਆ। ਹਾਲੇ ਸਮਾਜ ਮੂਲੋਂ ਨਿਕਰਿਆ ਨਹੀਂ ਵਿਰਲਾ ਵਿਰਲਾ ਮਨੁੱਖ ਜਿਉਂਦਾ ਹੈ। ਚਾਚੀ ਜੀ, ਮੇਰਾ ਕਸੂਰ? ਇੰਨੀ ਆਖਦਿਆਂ ਗਰਬੀਰ ਦੀਆਂ ਭੁੱਬਾਂ ਨਿਕਲ ਗਈਆਂ। ਮੈਂ ਤਾਂ ਤੁਹਾਡਾ ਕੁਝ ਨਹੀਂ ਵਿਗਾੜਿਆ ਸੀ, ਕੁਝ ਨਹੀਂ ਮੰਗਿਆ ਸੀ। ਚਾਚੀ ਨੇ ਮੁੰਡੇ ਨੂੰ ਖਿੱਚ ਕੇ ਗਲ ਨਾਲ ਲਾ ਲਿਆ। ਵੇਖਣ ਵਾਲਿਆਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਮਨੁੱਖੀ ਦਰਦ ਵਿੱਚ ਭਿੱਜੀਆਂ ਰੂਹਾਂ ਉਹਨਾਂ ਨੂੰ ਇਉਂ ਕਦੇ ਨਹੀਂ ਵੇਖਿਆ ਸਨ। ਪੁੱਤਰਾ, ਰੋ ਨਾ, ਤੂੰ ਜਿਉਂਦਾ ਏਂ, ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ। ਤੂੰ ਘਬਰਾ ਨਾ, ਤੈਨੂੰ ਸਭ ਕੁਝ ਮਿਲੇਗਾ। ਉਹ ਦਮ ਸਾਧ ਕੇ ਆਖਿਆ, ਤੂੰ ਬਚ ਗਿਆ, ਮੈਂ ਬਚ ਗਈ, ਮੇਰੇ ਬੱਚੇ ਬਚ ਗਏ। ਪੁੱਤਰਾ, ਤੇਰੇ ਅਨਰਥ ਨਾਲ ਪਤਾ ਨਹੀਂ ਹੋਰ ਕੀ ਹੋ ਜਾਣਾ ਸੀ। ਹੌਂਕਾ ਭਰਦਿਆਂ ਉਹ ਬਾਰ ਬਾਰ ਸਿਰ ਮਾਰਿਆ। SP ਦਾ ਅੰਦਾਜ਼ਾ ਸੀ ਜਨਾਨੀ ਰੋ ਧੋ ਕੇ ਆਪਣੇ ਬੰਦਿਆਂ ਲਈ ਰਹਿਮ ਮੰਗੇਗੀ, ਪਰ ਉਹਦੇ ਨਰੋਏ ਤੇ ਵਫ਼ਾਦਾਰ ਬੋਲਾਂ ਨਾਲ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਇਸ ਨੂੰ ਜਰਨੈਲ ਦੇ ਬੱਚੇ ਨੂੰ ਅੰਦਰ ਲਿਆਓ, SP ਨੇ ਦਿਲਦਾਰ ਨੂੰ ਉਂਗਲੀ ਫੇਰੀ। ਥਾਣੇਦਾਰ ਤੇ ਸਿਪਾਹੀ ਉਸ ਨੂੰ ਦਫ਼ਤਰ ਅੰਦਰ ਲੈ ਗਏ। SP ਨੇ ਆਪਣੀ ਕੁਰਸੀ ਮਲਦਿਆਂ ਕਿਹਾ, ਹੁਣ ਦੱਸ ਤੇਰੀ ਕੀ ਸਲਾਹ ਹੈ? ਮਾਪਿਓ, ਮੇਰੀ ਕੀ ਸਲਾਹ ਹੋ ਸਕਦੀ ਹੈ? ਬਖਸ਼ ਲਓ, ਇਸ ਵੇਲੇ ਤਾਂ ਤੁਸੀਂ ਹੀ ਰੱਬ ਹੋ। ਉਹ ਹੱਥ ਜੋੜੀ ਨਿਮਾਣਾ ਬਣਿਆ ਹੋਇਆ ਸੀ। ਮੈਂ ਤੇਰੀ ਲੜਕੀ ਬਾਰੇ ਪੁੱਛਦਾ ਹਾਂ, ਤੂੰ ਉਸ ਨੂੰ ਖੱਜਲ ਖੁਆਰ ਕਰਨਾ ਚਾਹੁੰਦਾ ਹੈ ਕਿ? ਸਰਦਾਰ ਨੇ ਨਜ਼ਰਾਂ ਦੋਸਤੀ ਦੇ ਚਿਹਰੇ ਉੱਤੇ ਟਿਕਾ ਲਈਆਂ। ਜਨਾਬ, ਉਹ ਕਿੱਥੇ ਹੈ? ਮੈਨੂੰ ਤਾਂ ਇਹ ਵੀ ਪਤਾ ਨਹੀਂ। ਲੜਕੀ ਬਾਹਿਫਾਜ਼ਤ ਹੈ, ਮੈਂ ਪੁੱਛਦਾ ਹਾਂ, ਤੂੰ ਉਸ ਨੂੰ ਸਿੱਧੀ ਤਰ੍ਹਾਂ ਵਿਆਹੁਣਾ ਚਾਹੁੰਦਾ ਹੈ ਕਿ ਕਾਨੂੰਨੀ ਤੌਰ 'ਤੇ ਵਿਆਹ ਕਰਾ ਲਵੇ? SP ਨੇ ਸਲਾਹ ਨਾਲ ਧਮਕੀ ਵੀ ਦੇ ਮਾਰੀ। ਉਸ ਨੂੰ ਚੁੱਪ ਵੇਖ ਕੇ ਮੁੜ ਬੋਲਿਆ, ਇੰਨਾ ਕੁ ਤੂੰ ਜਾਣਦਾ ਹੈ, ਕੁੜੀ ਬਾਲਗ ਹੈ ਅਤੇ ਮਰਜ਼ੀ ਕਰ ਸਕਦੀ ਹੈ। ਜਰਨੈਲ ਨੂੰ ਖਿਆਲ ਆਇਆ, ਕਿੰਨਾ ਚੰਗਾ ਹੁੰਦਾ ਜੇ ਮੈਂ ਹਰਵੰਤ ਦੀ ਗੱਲ ਮੰਨ ਲੈਂਦਾ, ਇਸ ਬੇਇੱਜ਼ਤੀ ਤੋਂ ਬਚ ਜਾਂਦਾ ਅਤੇ ਮੁਕੱਦਮਾ ਵੀ ਸਿਰ ਨਾ ਪੈਂਦਾ। ਉਸ ਨੂੰ ਚੁੱਪਧਾਰੀ ਵੇਖ ਕੇ SP ਨੇ ਮੁੜ ਉਂਗਲ ਹਿਲਾਈ। ਜਾਪਦਾ ਹੈ ਕਿ ਉਹ ਸਿੱਧੀ ਉਂਗਲੀ ਨਾਲ ਨਹੀਂ ਨਿਕਲਣਾ। ਉਹ ਆਪਣਾ ਆਪ ਹੋਰ ਤਾਣ ਲਿਆ, ਮਾਪਿਓ, ਮੇਰੀ ਕੋਈ ਵਿਹਰ
ਨਹੀਂ ਇੱਕ ਮਿਹਰਬਾਨੀ ਕਰ ਦਿਓ, ਸਾਨੂੰ ਮਾਫ਼ੀ ਦੇ ਦਿਓ। ਜਰਨੈਲ ਨੇ ਹੈਕ ਦੇ ਬਰਾਬਰ ਹੱਥ ਜੋੜ ਲਏ। ਕੁਦਰਤ ਹੀ ਮਿਹਰ ਕਰ ਗਈ ਜਾਂ ਕੁਝ ਕੁੜੀ ਨੇ ਹਿੰਮਤ ਕੀਤੀ। ਤੁਸਾਂ ਤਾਂ ਰਲ ਕੇ ਮੁੰਡੇ ਨੂੰ ਮਾਰਨ ਦੀ ਕਸਰ ਨਹੀਂ ਛੱਡੀ। ਕਾਤਲਾਂ ਨੂੰ ਛੱਡ ਦਈਏ ਅਤੇ ਬੇਗੁਨਾਹਾਂ ਉੱਤੇ ਕੇਸ ਬਣਾਈਏ। ਨਹੀਂ ਮਾਪਿਓ, ਮੇਰਾ ਮਤਲਬ ਇਹ ਨਹੀਂ ਹੈ। ਮੈਂ ਤੇਰਾ ਮਤਲਬ ਚੰਗੀ ਤਰ੍ਹਾਂ ਸਮਝਦਾ ਹਾਂ। ਉਸ ਸਬ ਇੰਸਪੈਕਟਰ ਨੂੰ ਤਬੀਹ ਕਰਦਿਆਂ ਆਖਿਆ, ਇਸ ਬੰਦੇ ਨੂੰ ਸਰਦਾਰੇ ਦਰਬਾਰੇ ਨਾਲ ਨਹੀਂ ਰੱਖਣਾ, ਉਹਨਾਂ ਨਾਲ ਗੱਲ ਵੀ ਨਾ ਕਰ ਜਾਵੇ। ਜਨਾਬ, ਮੈਂ ਸਿੱਧਾ ਹਾਂ, ਜਿਵੇਂ ਮਰਜ਼ੀ ਆਵੇ ਕਰ ਲਓ। ਮੈਨੂੰ ਤੇਰੇ ਮੂਜੀ ਨਾਲ ਕੋਈ ਹਮਦਰਦੀ ਨਹੀਂ। ਮੈਂ ਕੇਵਲ ਤੇਰੀ ਧੀ ਬਾਰੇ ਸੋਚਦਾ ਹਾਂ, ਤਾਂ ਜੋ ਇੰਨੀ ਚੰਗੀ ਕੁੜੀ ਵੱਲ ਕੋਈ ਉਂਗਲ ਨਾ ਚੁੱਕੇ। ਐਸਪੀ ਨੇ ਆਪਣੀ ਉਂਗਲ ਦਾ ਵਾਰ ਲਹਿਰਾਇਆ। ਸਰਦਾਰ ਦੀ ਇੰਨੀ ਗੱਲ ਨਾਲ ਜਰਨੈਲ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਸਮਝ ਚੁੱਕਾ ਸੀ ਜਿਹੜੀ ਹਰਵੇਲ ਇੰਨੀ ਵੱਡੀ ਛਾਲ ਮਾਰ ਆਈ ਹੈ, ਉਹ ਮੋੜੀ ਕਦੋਂ ਮੁੜਨ ਲੱਗੀ ਹੈ। ਭਲੀ ਇਸ ਵਿੱਚ ਹੀ ਹੈ, ਹੱਥੀਂ ਵਿਆਹ ਦਿੱਤੀ ਜਾਵੇ। ਸਾਹਿਬ, ਜਿਵੇਂ ਮਰਜ਼ੀ ਹੈ ਕਰ ਲਓ, ਮੇਰੀ ਨਾ ਨਹੀਂ। ਉਹ ਦਿਲ ਨਾਲ ਹਾਮੀ ਭਰ ਦਿੱਤੀ। ਜੇ ਇਹ ਗੱਲ ਹੈ ਤਾਂ ਦਿਲਦਾਰ ਮਾਰ ਮੁੰਡਿਆਂ ਨੂੰ ਆਵਾਜ਼। ਸਰਦਾਰ ਗੱਲ ਨੂੰ ਸਿਰੇ ਚਾੜਨ ਲਈ ਮਨ ਬਣਾਈ ਬੈਠਾ ਸੀ। ਦਿਲਦਾਰ ਮੁੰਡਿਆਂ ਨੂੰ ਅੰਦਰ ਲੈ ਆਇਆ। ਹਾਂ ਬਈ ਜਰਨੈਲ, ਹੁਣ ਆਪਣੇ ਮੂੰਹੋਂ ਆਖ, ਇਸ ਮੁੰਡੇ ਦੀ ਤੀਜਾ ਹਿੱਸਾ ਜ਼ਮੀਨ ਦਾ ਕਬਜ਼ਾ ਅਸੀਂ ਆਪ ਦਵਾ ਕੇ ਆਵਾਂਗੇ। ਜਨਾਬ, ਮੈਂ ਰਜ਼ਾਮੰਦ ਹਾਂ, ਹੱਥੀਂ ਆਨੰਦ ਦੇਣ ਨੂੰ ਤਿਆਰ ਹਾਂ। ਮਾਪਿਓ, ਇੱਥੋਂ ਬਖਸ਼ ਲਹੋ, ਮੁੜ ਮੁੜ ਮਾੜੇ ਕੰਮ ਦੇ ਰਾਹ ਨਹੀਂ ਪੈਂਦਾ। ਉਹ ਕੰਨ ਫੜ ਲਏ। ਇਹ ਗੱਲ ਉੱਕੀ ਗਲਤ। ਉਸ ਮੇਜ਼ 'ਤੇ ਹੱਥ ਮਾਰਿਆ, ਤੂੰ ਵੱਡਾ ਦੋਸ਼ੀ ਏ। ਤੇਰੇ ਉੱਤੇ ਉਹਨਾਂ ਤੋਂ ਵੱਖਰੀ 364 ਵੀ ਲੱਗੇਗੀ। ਤੈਨੂੰ ਰਿਹਾਇਤ ਕੋਈ ਨਹੀਂ। ਮੈਂ ਸਿਰਫ ਤੇਰੀ ਧੀ ਨੂੰ ਸਮਾਜ ਵਿੱਚ ਨੀਵਾਂ ਨਹੀਂ ਹੋਣ ਦੇਣਾ ਚਾਹੁੰਦਾ। ਤੂੰ ਮਚਲਿਆ ਜੱਟਾ ਮੇਰਾ ਮਤਲਬ ਸਮਝ ਗਿਆ ਹੋਵੇਗਾ। ਠੀਕ ਹੈ ਜਨਾਬ, ਜਿਵੇਂ ਆਖੋ। ਜਰਨੈਲ ਨੇ ਕੁਲਵਿੰਦਰ ਵੱਲ ਮੂੰਹ ਪਵਾਇਆ। ਪੁੱਤਰਾ, ਇਹ ਕਾਜ ਹੁਣ ਤੂੰ ਸਿਰੇ ਚਾੜਨਾ ਏ। ਮੈਂ ਖੁਸ਼ੀ ਨਾਲ ਹਰਵੇਲ ਦਾ ਹੱਥ ਗੁਰਬੀਰ ਨੂੰ ਦਿੰਦਾ ਹਾਂ। ਮਾਸੜ ਜੀ, ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਤੁਸੀਂ ਬੜਾ ਚੰਗਾ ਕੀਤਾ, ਮੌਕਾ ਸਾਂਭ ਲਿਆ। ਕੁਲਵਿੰਦਰ ਬਾਗੋ ਬਾਗ ਹੋ ਗਿਆ ਸੀ। ਗੁਰਬੀਰ ਲਈ ਇਹ ਖੁਸ਼ੀ ਭੁੱਖੇ ਨੂੰ ਛੱਤ ਪਾੜ ਕੇ ਦੇਣ ਵਾਲੀ ਗੱਲ ਸੀ। ਉਹ ਭੱਜ ਕੇ ਇਹ ਖੁਸ਼ਖਬਰੀ ਹਰਵੇਲ ਨੂੰ ਦੱਸ ਆਉਣਾ ਚਾਹੁੰਦਾ ਸੀ। ਜਰਨੈਲ ਸਿੰਘ, ਤੂੰ ਬੜਾ ਚੰਗਾ ਕੀਤਾ, ਅਜਿਹੀ ਧੀ ਨੂੰ ਜਿੰਨਾ ਮਾਣ ਦਿੱਤਾ ਜਾਵੇ ਥੋੜ੍ਹਾ ਹੈ। ਐਸਪੀ ਨੇ ਗੁਰਬੀਰ ਵੱਲ ਮੂੰਹ ਪਵਾਇਆ। ਤੂੰ ਗੁਰਬੀਰ ਸਿੰਘ, ਜਿੱਥੇ ਮਰਜ਼ੀ ਆ ਜਾ, ਤੇਰੀ ਵਾਹ ਵੱਲ ਨਹੀਂ ਕੋਈ ਝਾਕ ਸਕਦਾ। ਪੰਜਾਬ 'ਚ ਰਹਿ ਭਾਵੇਂ ਗੰਗਾਨਗਰ, ਤੇਰੀ ਹਰ ਤਰ੍ਹਾਂ ਰਾਖੀ ਸਾਡੀ ਜ਼ਿੰਮੇਵਾਰੀ ਹੋਵੇਗੀ। ਸਰ, ਤੁਹਾਡੀ ਬਹੁਤ ਹੀ ਮਿਹਰਬਾਨੀ, ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ, ਮੁੰਡੇ ਨੇ ਦਿਲ 'ਤੇ ਸਤਿਕਾਰ ਨਾਲ ਆਖਿਆ। ਇਹ ਸਾਡਾ ਪਹਿਲਾ ਫਰਜ਼ ਹੈ, ਮੁਜਰਮਾਂ ਦੀ ਮਦਦ ਕਰੀਏ। ਉਸ ਕਰੜ ਬਰੜੀ ਮੱਛ ਨੂੰ ਮਰੋੜਾ ਚਾੜਿਆ। ਹੁਣ ਤੁਸੀਂ ਬਾਹਰ ਅਟਕੋ ਸਾਰੇ ਹੀ। ਉਹ ਦਿਲਦਾਰ ਨੂੰ ਉਂਗਲ ਮਾਰ ਕੇ ਕੋਲ ਸੱਦ ਲਿਆ। ਜਦੋਂ ਉਹ ਚੱਲ ਗਏ ਤਦ ਬੋਲਿਆ, ਇਸ ਜਰਨੈਲ ਦੇ ਬੱਚੇ ਨੂੰ ਵਾਅਦਾ ਮਾਫ਼ ਗਵਾਹ ਬਣਾਉਣਾ ਏ। ਇਸ ਦੀ ਸ਼ਹਾਦਤ ਬਿਨਾਂ ਉਹਨਾਂ ਕੰਜਰਾਂ ਨੂੰ ਸਜ਼ਾ ਨਹੀਂ ਹੋਣੀ। ਜਨਾਬ, ਤੁਹਾਡੇ ਸਾਹਮਣੇ ਹੀ ਨਾ ਹਿਲਾ ਕੇ ਵੇਖ ਲਈਏ, ਦਿਲਦਾਰ ਨੇ ਰਾਏ ਦਿੱਤੀ। ਬੁਲਾ ਉਸਨੂੰ। ਦਿਲਦਾਰ ਜਰਨੈਲ ਨੂੰ ਮੁੜ ਸਾਹਿਬ ਦੇ ਸਾਹਮਣੇ ਲੈ ਆਇਆ। ਤੈਨੂੰ ਮਾਫ਼ੀ ਇੱਕੋ ਸ਼ਰਤ 'ਤੇ ਦਿੱਤੀ ਜਾ ਸਕਦੀ ਹੈ। ਤੁਹਾਡੀ ਮਿਹਰਬਾਨੀ ਮਾਪਿਓ। ਜੈਲਾ ਇੱਕਦਮ ਖੁਸ਼ੀ ਦੀ ਰੋਹ ਫੜ ਆਇਆ। ਸਰਦਾਰੇ ਦਰਬਾਰੇ 'ਤੇ ਸ਼ਹਾਦਤ ਦੇਵੇਂਗਾ। ਐਸਪੀ ਨੇ ਅੱਖਾਂ ਦੁਨਾਲੀ ਬੰਦੂਕ ਵਾਂਗ ਜਰਨੈਲ ਦੇ ਮੱਥੇ ਉੱਤੇ ਗੱਡ ਦਿੱਤੀਆਂ। ਨਾ ਮਾਪਿਓ, ਇੰਨਾ ਜ਼ੁਲਮ ਨਾ ਕਰਵਾਓ, ਊਂ ਹੀ ਗੋਲੀ ਮਾਰ ਦਿਓ। ਉਸ ਹੱਥ ਜੋੜ ਲਏ। ਜਾਰਾਂ ਨਾਲ ਗਰਦਾਰੀ ਕਰਨ ਨਾਲੋਂ ਤਾਂ ਮਰ ਹੀ ਜਾਣਾ ਚਾਹੀਦਾ ਹੈ। ਬਦਮਾਸ਼ਾਂ, ਕਾਤਲਾਂ ਅਤੇ ਚੋਰਾਂ ਨੂੰ ਅਸੀਂ ਸਜ਼ਾ ਨਾ ਦਵਾਈਏ। ਸਰਕਾਰ ਅਤੇ ਲੋਕਾਂ ਨੇ ਸਾਡਾ ਆਚਾਰ ਪਾਉਣਾ ਏ। ਮੈਂ ਵੇਖਾਂਗਾ ਤੂੰ ਗਵਾਹੀ ਕਿਵੇਂ ਨਹੀਂ ਦਿੰਦਾ। ਐਸਪੀ ਸਾਹਿਬ ਨੇ ਜਰਨੈਲ ਨੂੰ ਇੱਕ ਚੈਲੰਜ ਦੇ ਦਿੱਤਾ। ਦਿਲਦਾਰ ਇਸ ਨੂੰ
ਸਦਰ ਹੀ ਬੰਦ ਕਰ ਜਾਣਾ ਏ। ਲੈ ਜਾ ਮੇਰੇ ਕੋਲੋਂ। ਉਸ ਗੁੱਸੇ ਨੂੰ ਜ਼ਬਤ ਕਰਦਿਆਂ ਉਂਗਲੀ ਨਾਲ ਨਵਾਂ ਆਦੇਸ਼ ਦਿੱਤਾ। ਥੋੜ੍ਹੇ ਚਿਰ ਪਿੱਛੋਂ SP ਅਤੇ ਦਫ਼ਤਰੀ ਲਾਨ ਵਿੱਚ ਗੁਰਬੀਰ ਅਤੇ ਕੁਲਵਿੰਦਰ ਬਿਨਾਂ ਕੋਈ ਨਹੀਂ ਸੀ।